ਪੇਸ਼ੈਂਟ ਹੋਏ ਹੈਗੇ ਆ ਲੈਂਜ਼ ਵਾਲੇ ਪੇਸ਼ੈਂਟ, ਸਭ ਤੋਂ ਪਹਿਲਾਂ ਆਪਾਂ ਨੂੰ ਕੁੱਲ ਮਾਲਕ ਦਾ ਦਿਲ ਦੇ ਨਾਲ ਆਪਾਂ ਸ਼ੁਕਰਾਨਾ ਕਰਨਾ ਹੈ, ਪੂਰੀ ਕਿਰਪਾ ਹੋਈ ਹੈ ਸਾਡੇ ਕੁਝ ਇੱਦਾਂ ਦੇ ਪੇਸ਼ੈਂਟ ਸੀ ਕਿ ਕਈ ਕਈ ਸਾਲ ਹੋ ਗਏ ਸੀ ਉਹਨਾਂ ਨੂੰ, ਕੱਲ੍ਹ ਮੈਂ ਬਾਅਦ 'ਚ ਆਪਰੇਸ਼ਨ ਤੋਂ ਬਾਅਦ ਹੀ ਮਿਲਿਆ ਪੇਸ਼ੈਂਟ ਨੂੰ, ਇੱਕ ਪੇਸ਼ੈਂਟ ਤੁਹਾਡੇ ਇੱਦਾਂ ਦਾ ਹੈਗਾ, ਉਹ ਕਹਿੰਦੇ ਵੀ ਮੇਰੇ ਮਜ਼ਬੂਰੀਆਂ ਆਉਂਦੀਆਂ ਘਰਾਂ 'ਚ ਆਪਣੀ ਆਪਣੀਆਂ, ਠੀਕ ਹੈ, ਉਹ ਕਰਵਾ ਹੀ ਸਕਿਆ ਸੀ, ਬਹੁਤ ਹੀ ਬਹੁਤ ਪੱਕਿਆ ਹੋਇਆ ਸੀਗਾ ਅਤੇ ਹਰ ਇੱਕ ਮੁਤਾਬਿਕ ਹੋਈ ਹੋਣ ਅਤੇ ਵਾਹਿਗੁਰੂ ਕਿਰਪਾ ਹੋਈ ਹੈ ਇਸ ਗੇਮ ਦੇ ਵਿੱਚ ਉਹਨਾਂ ਨੇ ਕਰਨਾ ਸੁਨੇਹਾ ਪਿਆ ਤੁਹਾਡੇ ਕੋਲ ਆਏ ਸਾਨੂੰ ਸੇਵਾ ਦਿੱਤੀ। ਮੇਰਾ ਦਿਲ ਖੁਸ਼ ਹੁੰਦਾ ਵੀ ਜਿਹੜੇ ਕੇਸਿਸ ਬਹੁਤ ਔਖੇ ਨੇ ਉਹ ਸੋਧੀਏ ਪੱਕੇ ਹੋਏ ਆ, ਕਈ ਵਾਰ ਨਾ ਹੋਣ ਵਾਲੀ ਕੰਡੀਸ਼ਨ ਹੁੰਦੀ ਹੈ, ਜੇ ਮੈਨੂੰ 30 ਸਾਲ ਦਾ ਤਜਰਬਾ ਮਾਲਕ ਦਿੱਤਾ ਹੈਗਾ ਉਹ ਤਜਰਬਾ ਉਹਨਾਂ ਦੇ ਕੰਮ ਆਵੇ, ਅਤੇ ਇਹ ਜਿਹੜੀ ਉਮਰ ਜਿਹੜੀ ਹੈਗੀ ਹੈ ਇਸ ਉਮਰ ਦੇ ਵਿੱਚ ਆਪਾਂ ਸੋਚਦੇ ਹਾਂ ਵੀ ਇਹ ਮਾਲਕਾ ਇਹ ਮੁਸੀਬਤ ਪੈ ਗਈ ਹੈ ਤੁਹਾਨੂੰ ਕੀ ਬਣੂਗਾ ਸਰ, ਲੇਕਿਨ ਮਾਲਕ ਆਪਣੇ ਅੱਛੇ ਇਨਸਾਨ ਸੰਪਰਕ ਹੁੰਦਾ ਆ, ਉਹ ਸਾਨੂੰ ਵੀ ਥਾਪੀ ਦਿੰਦੇ ਆ ਕਿ ਡਾਕਟਰ ਸਾਹਿਬ ਸਾਡੇ ਇਲਾਕੇ ਕੈਂਪ ਲਾਉਣਾ ਹੈ, ਉਹ ਲੋਚਦੇ ਨੇ ਹਰ ਸਾਲ ਕਿ ਕਦੋਂ ਆਪਾਂ ਆਪਣੇ ਜਾਵਾਂਗੇ ਅਤੇ ਨਗਰ ਜਾਵਾਂਗੇ ਅਤੇ ਆਪ ਕੈਂਪ ਲੱਗੂਗਾ ਆਪਾਂ ਸੇਵਾ ਕਰਾਂਗੇ। ਪਿਛਲੇ 30 ਸਾਲਾਂ ਦੇ ਵਿੱਚ ਜੋ ਸਾਡੇ ਪਿੰਡਾਂ 'ਚ ਆਪਾਂ ਕੈਂਪ ਲਾਉਂਦੇ ਹਾਂ ਇਹਦੇ ਵਿੱਚ NRI ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ, ਜੇ ਸਾਨੂੰ ਹੌਸਲਾ ਦਿੰਦੇ ਨੇ ਸਾਡੇ ਨਾਲ ਬੂਟਾ ਬੂਟਾ ਖੜ੍ਹਦੇ ਨੇ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਨੇ। ਤੁਹਾਡਾ ਮਿਸ਼ਨ ਪੁਨਰਜੋਤ ਜਿਹੜਾ ਹੈਗਾ ਉਸ ਇੱਕ ਪੱਖ ਆਪਾਂ ਦੇਖਣ 'ਚ ਆਇਆ ਕਿ ਜਿਹੜੇ ਸਾਡੇ NRI ਭਾਈਚਾਰਾ ਉਹ ਇਸ ਮਿੱਟੀ ਦੇ ਨਾਲ ਮੋਹ ਹੈ, ਉਹਨਾਂ ਦਾ ਪਿਆਰ ਹੈ, ਉਹ ਤਾਂ ਹੁੰਦੀ ਉਹਨਾਂ ਨੂੰ ਕਦੋਂ ਆਪਣੀ ਮਿੱਟੀ ਜਾ ਕੇ ਆਪਾਂ ਕੁਛ ਹੋ ਲਵਾਂਗੇ, ਜਿੱਥੇ ਉਹ ਬਚਪਨ ਖੰਡਾਇਆ ਹੁੰਦਾ ਉਹਨਾਂ ਨੇ ਉੱਥੇ ਆ ਕੇ ਆਪਣੀ ਯਾਦਾਂ ਤਾਜ਼ੀਆਂ ਕਰਦੇ ਨੇ, ਮਾਲਕ ਦੀ ਖੁਸ਼ੀਆਂ ਲੈਂਦੇ ਨੇ। ਮੈਂ ਤੁਹਾਡੇ ਸਮੁੱਚੇ ਸਮਾਜ ਨਾਲ ਤੁਹਾਡੇ ਰਾਹੀਂ ਇਹ ਸਾਂਝ ਪਾਉਣਾ ਚਾਹੁੰਦਾ ਵੀ ਪਿੰਡ ਸੁਧਾਰ ਜਿਹੜਾ ਹੈ ਗੁਰੂ ਸਰ ਸੁਧਾਰ ਸਭ ਜਾਣਦੇ ਹੈ, ਇਹ 6ਵੇਂ ਪਾਤਸ਼ਾਹ ਦੀ ਪਾਵਨ ਚਰਨ ਛੋਹ ਧਰਤੀ ਹੈ, ਪਵਿੱਤਰ ਧਰਤੀ ਹੈ। ਵੀ ਗੁਰੂ ਸਾਹਿਬ ਜਦੋਂ ਆਏ ਸਾਡੇ ਇਸ ਗੁਰੂ ਸਰ ਸੁਧਾਰ ਪਿੰਡ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਉਹ ਨਾਲ ਉਸ ਵੇਲੇ ਇਸ ਪਿੰਡ ਦੇ ਸਤਿਕਾਰ ਜੋ ਬਜ਼ੁਰਗ ਭਾਈ ਜਵੰਦਾ ਜੀ ਜਿਹਨੂੰ ਭਾਈ ਪ੍ਰੇਮਾ ਜੀ ਵੀ ਕਹਿੰਦੇ ਨੇ ਉਹ ਨਾਲ ਚੱਲ ਰਹੇ, ਅਤੇ ਮੈਂ ਕੱਲ੍ਹ ਨੈੱਟ ਤੋਂ ਵੀ ਦੇਖ ਰਿਹਾ ਸੀਗਾ, ਵੈਸੇ ਸਾਨੂੰ ਜਾਣਦੇ ਹਾਂ ਕੁਝ ਦੱਸਿਆ ਗਿਆ ਵੀ ਗੁਰੂ ਸਾਹਿਬ ਦਾ ਘੋੜਾ ਜਿਹੜਾ ਸੀਗਾ ਉਹ ਸਾਫ ਸਾਫ ਜਗ੍ਹਾ 'ਤੇ ਅਤੇ ਆਪ ਉਟਕਾ ਫੜ ਕੇ ਅਤੇ ਉਹ ਨਾਲ ਲੜਕਾ ਦੇ ਕੰਡਿਆਂ ਦੇ ਨਾਲ ਨਾਲ ਜਾ ਰਿਹਾ ਸੀ। ਦੇਖੋ ਸ਼ਰਧਾ ਕਿੰਨੀ ਹੈ, ਕਿੰਨਾ ਪਿਆਰ ਹੈ, ਅਤੇ ਉਹ ਨੰਗੇ ਪੈਰੀ ਸੀ, ਥੋੜ੍ਹੇ ਅੱਗੇ ਗਏ ਤਾਂ ਉਹਨਾਂ ਪੈਰਾਂ 'ਚ ਕੰਡੇ ਅਤੇ ਦੋ ਲਾਲ ਹੋ ਗਏ, ਗੁਰੂ ਦੇ ਪਿੱਛੇ ਹਟ ਉਹਨੇ ਦੇਖਿਆ ਗੁਰੂ ਸਾਹਿਬ ਨੇ ਵੀ ਮੇਰਾ ਪਿਆਰਾ ਉਹਦੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਹੈਗੀ, ਜੁੱਤੀ ਨਹੀਂ ਹੈ, ਅਤੇ ਉਹਨੂੰ ਕਿਹਾ ਵੀ ਨਹੀਂ, ਹੁਣ ਗੁਰੂ ਸਾਹਿਬ ਨੇ ਆਪਣੀ ਜੁੱਤੀ ਲਾ ਕੇ ਉਹ ਗੁਰੂ ਸਾਹਿਬ ਜਿੱਦਾਂ ਬੱਚਾ ਅਤੇ ਦੋ ਦਾ ਹੁੰਦਾ ਵੀ ਗਾਲਾਂ ਲਾ ਰਿਹਾ
ਤੇ ਉਹਨੂੰ ਵਰ ਦਿੱਤਾ, ਸ਼ੀਵਾ ਦਿੱਤਾ। ਅੱਜ ਵੀ ਉਹ ਸ਼ੋਭਿਤ ਹੈਗਾ ਪੰਜਾਬ ਦਾ। ਸੋ ਇਹ ਇੱਕ ਪਿਛੋਕੜ ਹੈ ਸੁਧਾਰ ਪਿੰਡ ਦਾ, ਸੁਧਾਰ। ਸੋ ਅੱਜ ਸਵੇਰੇ ਵੀ ਇਸ ਕੈਂਪ ਦੇ ਪ੍ਰਿੰਸੀਪਲ ਸਰਦਾਰ ਸੁਰਿੰਦਰ ਸਿੰਘ ਗਿੱਲ ਜੀ ਜਿਹੜੇ ਬੇੜੇ ਸਾਡੇ ਆਏ ਨੇ, ਸੇਵਾ ਦੇ ਵਿੱਚ ਜਿਹੜੇ ਗੱਲ ਰਹੇ ਨਾ, ਇਹ ਬਰਦਾਸ਼ਤ ਉਹਨਾਂ ਨਾਲ ਜਿਹੜੇ ਸਾਖੀ ਉਹਨਾਂ ਨਾਲ ਸਾਂਝੀ ਹੋਈ, ਅਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਸਾਡਾ ਪਿੰਡ ਜਿਹੜਾ ਹੈ ਗੁਰੂ ਸਾਹਿਬ ਦੀ ਇੰਨੀ ਸਾਡੇ ਕਿਰਪਾ ਆ, ਸੇਵਾ ਨੂੰ ਸਮਰਪਿਤ ਹੈ। ਸਾਡੇ ਪਿੰਡ ਦੇ ਨਿਹੰਗ ਸ਼ਮਸ਼ੀਰ ਸਿੰਘ ਜੀ 1902 ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਪਹਿਲਾਂ 2000 ਕਮਰੇ ਪਾਏ, ਕਹਿੰਦੇ ਵੀ ਮੈਂ ਇੱਥੇ ਕਾਲਜ ਸ਼ੁਰੂ ਕਰਨਾ ਹੈ। ਅਤੇ ਕਈਆਂ ਨੂੰ ਮਜ਼ਾਕ ਕੀਤਾ ਵੀ 1902 ਵੇਲੇ ਕਿਹੜੀ ਗੱਲ ਸੀ, ਅੱਜ ਤੋਂ 19 ਸਾਲ 100 ਸਾਲ ਅੱਜ ਉਹ ਤੋਂ ਨੀਂਹ ਰੱਖੀ ਹੋਈ। ਅੱਜ ਤੁਹਾਡਾ ਜਿਹੜਾ ਹੈਗਾ ਇਲਾਕਾ, ਪਤਾ ਨਹੀਂ ਕਿੰਨੇ ਲੋਕਾਂ ਨੂੰ, ਪੁਰਾਣੀਆਂ ਨੂੰ ਉਹਨੂੰ ਪੜ੍ਹਾਈ ਕਰਾਈ, ਅਤੇ ਕਿੰਨੇ ਆਪਣੇ ਆਪਣੇ ਜਗ੍ਹਾ ਸੈੱਟ ਨੇ, ਬਾਹਰ ਗਏ ਨੇ, ਖਾਸ ਕਰ ਕੁੜੀਆਂ ਵੀ ਗਈਆਂ ਨੇ। ਤੂੰ ਸਾਨੂੰ ਮਾਲਕਾ ਇੱਕ ਹਿੰਮਤ ਦਿੱਤੀ ਹੈ, ਪੜ੍ਹਾਈ ਦਿੱਤੀ ਹੈ, ਇਹ ਹੱਥਾਂ ਦੇ ਸ਼ਫਾ ਦੇ ਕਿ ਤੇਰੇ ਪਿਆਰੇ ਮਿੱਤਰ ਪਿਆਰੇ ਆਏ ਹੈ, ਤੈਨੂੰ ਸਮਝ ਕੇ ਆਏ ਹੋਏ ਆ, ਪਰ ਬਿਹਤਰ ਸੇਵਾ ਕਰ ਸਕੇ। ਸੋ ਆਪਣੇ ਇਹਨਾਂ ਕੈਂਪਾਂ ਦੇ ਰਾਹੀਂ ਜਿਹੜੇ ਦੂਰ ਦੁਰਾਡੇ ਇਲਾਕੇ ਵਿੱਚ ਆਪਾਂ ਕੈਂਪ ਲਾਉਂਦੇ ਹਾਂ, ਤਾਂ ਸੁਣ ਕੇ ਹੈਰਾਨੀ ਹੋਊਗੀ ਕਿ ਪੂਰੇ ਸੰਸਾਰ ਦੇ ਵਿੱਚ 2.2 ਬਿਲੀਅਨ ਲੋਕ ਨੇ, ਅਰਬ ਲੋਕ ਨੇ, ਜਿਹਨਾਂ ਨੂੰ ਅੱਖਾਂ ਦੀ ਸਮੱਸਿਆ ਹੈ, ਅਤੇ ਉਹਨਾਂ 'ਚ 1 ਬਿਲੀਅਨ ਲੋਕ ਇੱਦਾਂ ਦੇ ਨੇ ਜਿਹੜੇ ਡਾਕਟਰੀ ਸ਼ਹਾਦਤ ਤੋਂ ਬਹੁਤ ਦੂਰ ਨੇ, ਉਹਨਾਂ ਕੋਲ ਇੰਨੀ ਹਿੰਮਤ ਨਹੀਂ ਹੈਗੀ ਵੀ ਅੱਖਾਂ ਚੈੱਕ ਕਰਾ ਸਕਣ। ਸ਼ਾਇਦ ਉਹਨਾਂ ਕਰਕੇ ਹੀ ਦੂਰ ਦੁਰਾਡੇ ਪਿੰਡਾਂ 'ਚ ਕੈਂਪ ਲੱਗਦੇ ਪਏ ਨੇ, ਅਤੇ ਉਹ ਸਾਡੇ NRI ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈਗਾ। ਮੈਂ ਇੱਕ ਡਾਕਟਰ ਹੋਣ ਦੇ ਨਾਤੇ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਮੈਂ ਬੇਨਤੀ ਹੈ ਗਲਤ ਸਮਾਜ ਨੂੰ ਕਿ ਆਓ ਆਪਾਂ ਰਲ ਕੇ ਜਿਹੜੇ ਸਮਾਜ ਦੇ ਵਿੱਚ ਆਪਾਂ ਜਾਈਏ, ਜਿੱਥੇ ਲੋੜ ਹੈਗੀ ਹੈ, ਜਿੱਥੇ ਜਾ ਕੇ ਆਪਾਂ ਉਹਨਾਂ ਨੂੰ ਅੱਖਾਂ ਚੈੱਕ ਕਰ ਸਕਦੇ ਹਾਂ, ਕੋਈ ਚਾਹੇ ਕਿਸੇ ਚਸ਼ਮਾ ਲੱਗਣਾ ਕਿਸੇ ਦੇ, ਚਾਹੇ ਦਵਾਈ ਦੇਣੀ ਹੈ, ਚਾਹੇ ਕਿਸੇ ਓਪਰੇਸ਼ਨ ਹੋਣਾ ਹੈ, ਤਾਂ ਆਪਾਂ ਕਰ ਸਕਦੇ ਹਾਂ। ਬਸ ਇਸ ਸੇਵਾ ਨੂੰ ਮੁੱਖ ਰੱਖਦੇ ਹੋਏ ਆਪਾਂ ਵੀ ਆਪਣੇ ਪਿੰਡ ਲਾ ਕੇ ਸੇਵਾ ਕਰੀਏ। ਹਾਂ, ਸਾਡੇ ਵੱਲੋਂ ਕੋਈ ਸੇਵਾ ਦੀ ਕਮੀ ਰਹਿ ਗਈ ਹੋਵੇਗੀ ਤਾਂ ਮਾਫ਼ੀ ਚਾਹਵਾਂਗੇ। ਮੈਂ ਪਿੰਡ ਬੇਨਤੀ ਕਰਾਂਗਾ ਸਾਨੂੰ ਸਭ ਨੂੰ ਇੱਕ ਨਵੀਂ ਸੇਧ ਦੇਣ, ਜਿਹੜਾ ਮਿੱਟੀ ਦਾ ਮੋਹ ਹੈ ਬਾਰ ਬਾਰ ਖਿੱਚ ਕੇ ਲੈ ਕੇ ਆਉਂਦਾ ਇੰਡੀਆ ਦੇ ਵਿੱਚ ਉਹਦੇ ਪ੍ਰਤੀ, ਅਤੇ ਨੌਜਵਾਨਾਂ ਨੂੰ ਸੇਧ ਦੇਣ ਵੀ ਆਓ ਅਸੀਂ ਆਪਾਂ ਸਮਾਜ ਵਾਸਤੇ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਅੱਜ ਆਪਰੇਸ਼ਨ ਹੋਇਆ, ਮਹਾਰਾਜ ਜੀ ਕਿਰਪਾ ਨਾਲ ਸਾਰਾ ਕੁਛ ਠੀਕ ਠਾਕ ਹੋ ਗਿਆ। ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰੇ ਆਪਰੇਸ਼ਨ ਵਧੀਆ ਹੋਣਗੇ। ਦਾ ਸ਼ੁਕਰ ਕਰਦੇ ਹਾਂ। ਸੋ ਡਾਕਟਰ ਰਮੇਸ਼ ਜੀ ਦਾ ਬਹੁਤ ਧੰਨਵਾਦ, ਜੋ ਕਿ ਪਿਛਲੇ 6 ਸਾਲਾਂ ਤੋਂ ਆਪਾਂ ਨੂੰ ਸੇਵਾਵਾਂ ਦੇ ਰਹੇ ਨੇ ਆਪਣੇ ਪਿੰਡ ਸੁਧਾਰ ਦੇ ਵਿੱਚ ਕੈਂਪ ਲੱਗ ਰਿਹਾ ਨਾ। ਅਤੇ ਬਸ ਇਸ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੂੰਗਾ ਡਾਕਟਰ ਰਮੇਸ਼ ਜੀ ਦਾ। ਅਤੇ ਮੈਂ ਚਾਹਾਂਗਾ ਸਾਡੇ ਪੰਜਾਬ ਨੂੰ ਨਾ ਬਦਨਾਮ ਕੀਤਾ ਜਾ ਰਿਹਾ ਵੀ ਨੌਜਵਾਨ ਜਿਹੜੇ ਹੈਗੇ ਨੇ ਨਸ਼ਿਆਂ ਵਾਲੇ ਪਾਸੇ ਲੱਗੇ ਆ। ਬੁਲਾ ਦਾ ਵੀ ਨਸ਼ਾ ਹੀ ਆ, ਸੇਵਾ ਦਾ ਵੀ। ਇਹ ਵੀ ਅੱਛਾ ਲੱਗਦਾ ਮੈਨੂੰ, ਫੀਲ ਨਹੀਂ ਆਉਂਦਾ, ਗੁੱਡ ਫੀਲ ਹੁੰਦਾ ਚੰਗਾ।
ਗੁੱਡ ਹੁੰਦਾ ਜੀ ਤੇ ਮਾੜਾ ਜੀ ਹੋਰ ਵੀ ਕਿਰਪਾ ਕਰ ਸਕਦੇ ਕੰਟੈਂਟਮੈਂਟ ਸ਼ਾਂਤੀ ਮਿਲਦੀ ਹੈਗੀ ਹੈ ਆਓ ਆਪਾਂ ਮੈਸੇਜ ਲਈਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਸੇਵਾ ਕਰ ਸਕੀਏ ਥੈਂਕ ਯੂ ਵੈਰੀ ਮੱਚ